ਅਸੀਂ ਜਿੱਤ ਗਏ, ਇਹ ਹੋ ਗਿਆ, ਉਹ ਹੋ ਗਿਆ, ਕੋਈ ਗੱਲ ਨਹੀਂ। ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਨਹੀਂ ਵੀ ਪਾਈਆਂ, ਆਪਾਂ ਉਹਨਾਂ ਦੇ ਵੀ ਮੁੱਖ ਮੰਤਰੀ ਆ, ਆਪਾਂ ਉਹਨਾਂ ਦੀ ਵੀ ਸਰਕਾਰ ਆ। ਇਹ ਕੋਈ ਗੱਲ ਨਹੀਂ, ਡੈਮੋਕਰੇਸੀ ਹੈ, ਹਰੇਕ ਨੂੰ ਹੱਕ ਹੈ। ਸੋ ਕਦੇ ਕੋਈ ਇਸ ਤਰ੍ਹਾਂ ਦੀ ਖਬਰ ਨਾ ਆਵੇ ਕਿ ਦੇਖੋ ਜੀ ਇਹ ਹੰਕਾਰ ਕਰ ਗਏ। ਨਹੀਂ, ਹੰਕਾਰ ਦਾ ਸਿਰ ਨੀਵਾਂ ਹੁੰਦਾ, ਕਿਉਂਕਿ ਵਕਤ ਬਹੁਤ ਵੱਡੀ ਚੀਜ਼ ਹੈ, ਪਬਲਿਕ ਵੀ ਬਹੁਤ ਵੱਡੀ ਚੀਜ਼ ਹੈ। ਪਬਲਿਕ ਜਦੋਂ ਚਾਹੇ ਬੰਦਾ ਅਰਸ਼ 'ਤੇ, ਪਬਲਿਕ ਜਦੋਂ ਚਾਹੇ ਬੰਦਾ ਫਰਸ਼ 'ਤੇ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਸੋਚਿਆ ਸੀ, ਉਹਨਾਂ ਨੂੰ ਇਹ ਬਿਲਕੁਲ ਫਿਕਰ ਨਹੀਂ ਸੀ ਕਿ ਦੇਸ਼ ਆਜ਼ਾਦ ਕਿਵੇਂ ਹੋਊਗਾ। ਉਹਨਾਂ ਨੂੰ ਫਿਕਰ ਇਸ ਗੱਲ ਦਾ ਸੀਗਾ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ, ਔਰ ਉਹਨਾਂ ਦਾ ਡਰ ਜਿਹੜਾ, ਫਿਕਰ ਜਿਹੜਾ, ਉਹ ਸਹੀ ਵੀ ਸਾਬਤ ਹੋਇਆ। ਜਿਨ੍ਹਾਂ ਹੱਥਾਂ 'ਚ ਆਇਆ 70 ਸਾਲ ਤੋਂ ਕੁਛ ਨਹੀਂ ਹੋਇਆ। ਅਸੀਂ ਤਾਂ ਬਾਹਰ ਨੂੰ ਭੱਜੀ ਜਾਂਦੇ ਹਾਂ, ਅਸੀਂ ਤਾਂ ਵੀਜ਼ੇ ਲਵਾ ਲਵਾ ਕੇ ਉਹਨਾਂ ਕੋਲ ਜਾਈ ਜਾਂਦੇ ਹਾਂ ਜਿਨ੍ਹਾਂ ਨੂੰ ਕੱਢਣ ਲਈ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧੇ ਜਿਹੜੇ ਨੇ ਉਹਨਾਂ ਨੇ ਫਾਂਸੀ ਦੇ ਰੱਸੇ ਚੁੰਮੇ। ਸੋ ਆਪਾਂ ਇੱਥੇ ਹੀ ਰਹਿਣਾ, ਆਪਾਂ ਇੱਥੇ ਰਹਿ ਕੇ ਆਪਣਾ ਮੁਲਕ ਹੀ ਠੀਕ ਕਰਾਂਗੇ, ਆਪਾਂ ਆਪਣਾ ਮੁਲਕ ਠੀਕ ਕਰਾਂਗੇ। ਨਹੀਂ ਬਗਾਨੇ ਦਰਾਂ 'ਤੇ ਆਪਾਂ ਨੇ ਧੱਕੇ ਖਾਣੇ, ਉੱਥੋਂ ਫਿਰ ਇੱਧਰ ਨੂੰ ਲਿਆਉਣ ਵਾਸਤੇ ਤਰਫੀ ਜਾਂਦੇ ਰਹਿੰਦੇ ਹਾਂ, ਕੋਈ ਕਹਿੰਦਾ ਲਾਸ਼ ਹੀ ਮੰਗਾ ਦਿਓ ਜੀ। ਸੋ ਵੀਰੋ, ਤੁਹਾਡੇ ਨਾਲ ਦੇ ਹਾਂ, ਤੁਹਾਡੇ ਵਰਗੇ ਹਾਂ, ਐਂ ਰਹਾਂਗੇ ਔਰ ਕੰਮ ਕਰਾਂਗੇ। ਬੇਰੁਜ਼ਗਾਰੀ ਤੋਂ ਲੈ ਕੇ ਖੇਤੀ, ਵਪਾਰ, ਕਰਪਸ਼ਨ, ਸਕੂਲ, ਹਸਪਤਾਲ, ਬਹੁਤ ਤਾਣੀ ਉਲਝੀ ਪਈ ਹੈ। ਰੇਹ ਦੀ ਬੋਰੀ ਹੁੰਦੀ ਹੈ ਜਿਹੜੀ, ਜੇ ਉਹਨੂੰ ਉੱਠੇ ਪਾਸਿਓਂ ਖੋਲ੍ਹਣ ਲੱਗ ਜਾਓ ਤਾਂ ਅੱਧਾ ਦਿਨ ਲੱਗ ਜਾਂਦਾ, ਜੇ ਕਿਤੇ ਉਹਦਾ ਇੱਕ ਸਿਰਾ ਲੱਭ ਜੇ ਇਧਰਲੇ ਪਾਸਿਓਂ ਉਹ ਅੱਧੇ ਸਕਿੰਟ 'ਚ ਖੁੱਲ੍ਹ ਜਾਂਦੀ ਹੈ। ਆਪਾਂ ਇਸ ਉਲਝੀ ਹੋਈ ਤਾਣੀ ਦਾ ਸਿਰਾ ਲੱਭਾਂਗੇ, ਸਹੀ ਵਾਲਾ ਸਿਰਾ, ਤੁਹਾਡੇ ਸਹਿਯੋਗ ਨਾਲ। ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ, ਪੰਜਾਬੀ ਸਾਡੀਆਂ ਬਾਵਾਂ, ABP ਸਾਂਝਾ। ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ। ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।